soar higher than that. It was there in the sky forever. Yeah, but get on about it. It's just the ceiling. ਮੈਂ ਚੇਤਨ ਵਰਮਾ ਐਡਵੋਕੇਟ ਐਕਸ ਸੈਕਟਰੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਜੋ ਕਿ ਹੁਣ ਆਉਣ ਵਾਲੇ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੇ ਇਲੈਕਸ਼ਨ ਕੰਟੈਸਟ ਕਰ ਰਿਹਾ ਹਾਂ। ਅਸੀਂ ਲੁਧਿਆਣਾ ਵਿੱਚ ਇੱਕ ਉਪਰਾਲਾ ਲਿੱਤਾ ਹੈਗਾ ਜਿਹਦੇ 'ਚ ਕਿ ਅਸੀਂ ਮੈਂਬਰਸ ਆਫ ਦਾ ਲੀਗਲ ਫਰੈਟਰਨਿਟੀ ਜਿਹੜੇ ਕਿ ਕ੍ਰਿਕਟ 'ਚ ਇੰਟਰਸਟ ਲੈਂਦੇ ਨੇ ਉਹਨਾਂ ਦਾ ਇੱਕ ਟੂਰਨਾਮੈਂਟ ਕਰਾ ਰਹੇ ਹਾਂ ਜਿਹਦੇ ਵਿੱਚ 24 ਟੀਮਸ ਪਾਰਟੀਸਪੇਟ ਕਰਨ ਜਾ ਰਹੀਆਂ ਨੇ ਜਿਹਦੇ 'ਚੋਂ ਕਿ 2 ਟੀਮਾਂ ਹਰਿਆਣੇ ਦੀਆਂ ਹੈਗੀਆਂ ਨੇ ਅਤੇ 22 ਟੀਮਾਂ ਪੰਜਾਬ ਦੀਆਂ ਹੈਗੀਆਂ ਨੇ। ਸਾਡਾ ਇਹ ਟੂਰਨਾਮੈਂਟ ਕਰਾਉਣ ਦਾ ਮੇਨ ਮਕਸਦ ਇਹ ਹੈਗਾ ਕਿ ਵਕੀਲਾਂ 'ਚ ਆਪਸੀ ਭਾਈਚਾਰਾ ਵਧੇ ਔਰ ਉਹਨਾਂ ਦਾ ਆਪਸ 'ਚ ਲਾਇਜ਼ਾਂ ਵਧੇ ਤਾਂ ਜੋ ਉਹ ਆਪਸ 'ਚ ਇੱਕ ਦੂਜੇ ਨਾਲ ਮਿਲ ਜੁਲ ਸਕਣ। ਸਪੋਰਟਸ ਜਿਹੜੀ ਹੈਗੀ ਹੈ ਇਹ ਸਾਡੀ ਫਿਜ਼ੀਕਲ ਫਿਟਨੈਸ ਨੂੰ ਵੀ ਕਾਫੀ ਮਹੱਤਵਪੂਰਨ ਹੈਗੀ ਹੈ ਜੋ ਕਿ ਸਾਡੇ ਜਿਹੜੇ ਮੈਂਬਰਸ ਆਫ ਦਾ ਲੀਗਲ ਫਰੈਟਰਨਿਟੀ ਹੈਗੇ ਨੇ ਸਾਰਾ ਦਿਨ ਫਾਈਲਾਂ ਵਿੱਚ ਉਲਝੇ ਰਹਿੰਦੇ ਹੈਗੇ ਨੇ, ਉਹਨਾਂ ਨੂੰ ਬਿਲਕੁਲ ਟਾਈਮ ਨਹੀਂ ਮਿਲਦਾ ਸਪੋਰਟਸ ਦੀ ਇਨੀਸ਼ੀਏਟਿਵ ਲੈਣ ਦਾ। ਇਹ ਇਟ ਇਜ਼ ਅ ਮੈਸੇਜ ਟੂ ਆਲ ਦਾ ਮੈਂਬਰਸ ਆਫ ਦਾ ਲੀਗਲ ਫਰੈਟਰਨਿਟੀ ਕਿ ਉਹ ਸਪੋਰਟਸ 'ਚ ਵੱਧ ਤੋਂ ਵੱਧ ਪਾਰਟੀਸਪੇਟ ਕਰਨ ਤਾਂ ਜੋ ਤੁਹਾਡੀ ਮੈਂਟਲੀ ਔਰ ਫਿਜ਼ੀਕਲੀ ਫਿੱਟ ਤੁਸੀਂ ਰਹੋ ਤਾਂ ਜੋ ਤੁਸੀਂ ਮੈਂਬਰਸ ਆਫ ਦਾ ਸੋਸਾਇਟੀ ਜਿਹੜੀ ਹੈਗੀ ਹੈ ਉਹ ਸਾਰਿਆਂ ਨੂੰ ਡਿਲੀਵਰ ਕਰ ਸਕੋ। ਥੈਂਕ ਯੂ। ਆਉਣ ਵਾਲੀ ਪੀੜ੍ਹੀ ਨੂੰ ਸੰਦੇਸ਼ ਇਹ ਦੇਵਾਂਗੇ ਕਿ ਅਸੀਂ ਇੱਕ ਲੋਇਰਸ ਨੇ ਇੱਕ ਤੁਹਾਨੂੰ ਸਾਰਿਆਂ ਨੂੰ ਮੈਸੇਜ ਦਿੱਤਾ ਹੈਗਾ ਕਿ ਤੰਦਰੁਸਤ ਪੰਜਾਬ ਜਿਹੜਾ ਹੈਗਾ ਉਹ ਖੇਡਾਂ ਵਿੱਚ ਹੀ ਰੱਖਿਆ ਹੈਗਾ। ਸਾਡੀ ਪੰਜਾਬ ਦੀ ਪਹਿਚਾਣ ਹੀ ਖੇਡਾਂ ਵਿੱਚ ਹੈਗੀ ਹੈ ਔਰ ਤੁਸੀਂ ਸਾਰੇ ਨੌਜਵਾਨ ਪੀੜ੍ਹੀ ਤੁਸੀਂ ਇਸ ਸਪੋਰਟਸ 'ਚ ਵੱਧ ਤੋਂ ਵੱਧ ਹਿੱਸਾ ਲਓ ਤਾਂ ਜੋ ਆਉਣ ਵਾਲੀ ਜਨਰੇਸ਼ਨ ਸਾਡੀ ਦਿਨ ਦੁੱਗਰੀ ਅਤੇ ਰਾਹ ਚੌਗਣੀ ਪੰਜਾਬ ਦੀ ਤਰੱਕੀ ਕਰੇ। ਥੈਂਕ ਯੂ ਵੈਰੀ ਮਚ। ਮੇਰਾ ਨਾਮ ਮਨਦੀਪ ਮਦਾਨ ਐਡਵੋਕੇਟ ਹੈ। ਅਸੀਂ ਲੁਧਿਆਣਾ ਡਿਸਟ੍ਰਿਕਟ ਬਾਰ ਕ੍ਰਿਕਟ ਐਸੋਸੀਏਸ਼ਨ ਰਜਿਸਟਰਡ ਕਰਵਾਈ ਹੋਈ ਹੈ ਲੁਧਿਆਣੇ ਵਿੱਚ। ਅਸੀਂ ਹਰ ਸਾਲ ਕ੍ਰਿਕਟ ਟੂਰਨਾਮੈਂਟ ਕਰਾਉਂਦੇ ਹਾਂ। ਹਰ ਸਾਲ ਅਸੀਂ 8 ਟੀਮਾਂ ਦਾ ਟੂਰਨਾਮੈਂਟ ਕਰਾਉਂਦੇ ਹਾਂ ਪਰ ਇਸ ਵਾਰ ਅਸੀਂ ਸਾਡਾ ਇੱਕ ਸੁਪਨਾ ਸੀਗਾ ਵੀ ਅਸੀਂ ਵੱਧ ਤੋਂ ਵੱਧ ਟੀਮਾਂ ਪੰਜਾਬ ਅਤੇ ਹਰਿਆਣੇ ਤੋਂ ਇਕੱਠੀਆਂ ਕਰਕੇ ਅਤੇ ਜ਼ਿਆਦਾ ਤੋਂ ਜ਼ਿਆਦਾ ਟੀਮਾਂ ਦਾ ਇੱਕ ਟੂਰਨਾਮੈਂਟ ਕਰਾਈਏ ਜੋ ਕਿ ਚੇਤਨ ਭਾਈ ਜਿਹੜੇ ਕਿ ਬਾਰ ਕੌਂਸਲ ਦੇ ਇਲੈਕਸ਼ਨ ਲਈ ਵੀ ਕੰਟੈਸਟ ਕਰ ਰਹੇ ਹੈ। ਇਹਨਾਂ ਨੇ ਸਾਡੀ ਪੂਰੀ ਸਪੋਰਟ ਕੀਤੀ, ਸਾਨੂੰ ਪੂਰਾ ਸਹਿਯੋਗ ਕੀਤਾ ਅਤੇ ਅਸੀਂ 24 ਟੀਮਾਂ ਪੰਜਾਬ ਅਤੇ ਹਰਿਆਣੇ 'ਚੋਂ ਲੈ ਕੇ ਅਸੀਂ ਇੱਕ ਬਹੁਤ ਹੀ ਵੱਡਾ ਟੂਰਨਾਮੈਂਟ ਕਰਾ ਰਹੇ ਹਾਂ। ਇਹਦਾ ਪੂਰਾ ਸ਼੍ਰੇਅ ਚੇਤਨ ਵਰਮਾ ਐਡਵੋਕੇਟ ਨੂੰ ਜਾਂਦਾ ਹੈ, ਉਹੀ ਸਾਨੂੰ ਸਪੋਂਸਰ ਕਰ ਰਹੇ ਹੈ ਅਤੇ ਸਾਰਾ ਦੇਖਭਾਲ ਸਭ ਕੁਝ ਉਹੀ ਕਰ ਰਹੇ ਹੈ। ਸੋ ਮੈਂ ਇਸ ਇੰਟਰਵਿਊ ਦੇ ਰਾਹੀਂ ਇਹੀ ਕਹਿਣਾ ਚਾਹੂੰਗਾ ਵੀ ਇੱਕ ਤਾਂ ਸਪੋਰਟਸ ਨੂੰ ਪ੍ਰਮੋਟ ਕਰੋ ਅਤੇ ਤਾਂ ਕਿ ਹੈਲਥ ਹਰ ਇੱਕ ਦੀ ਹੈਲਥ ਪ੍ਰੋਪਰ ਰਹਿ ਸਕੇ ਅਤੇ ਨਸ਼ਿਆਂ ਤੋਂ ਦੂਰ ਰਿਹਾ ਜਾ ਸਕੇ। ਥੈਂਕ ਯੂ।